ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਗਗਨਦੀਪ ਕੌਰ ਦੀ ਗੱਲ ਕਰਾਂਗੀ ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਦੇ ਮਰੀਜ਼ ਜੋ ਵੱਧਦੇ ਜਾ ਰਹੇ ਨੇ ਅੰਕੜਾ ਲਗਾਤਾਰ ਜੋ ਚਿੰਤਾਜਨਕ ਬਣਿਆ ਹੋਇਆ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਜ਼ਰੀਏ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੋ ਮੀਟਿੰਗ ਹੋਈ ਹੈ ਉਸ ਵਿੱਚ ਫੈਸਲਾ ਲਿਆ ਗਿਆ ਕਿ 1 ਮਾਰਚ ਤੋਂ ਇਨਡੋਰ ਗੈਦਰਿੰਗ ਦੇ ਵਿੱਚ 100 ਅਤੇ ਆਊਟਡੋਰ ਗੈਦਰਿੰਗ ਦੇ ਵਿੱਚ 200 ਲੋਕਾਂ ਦੇ ਕੱਟ ਨੂੰ ਮਨਜ਼ੂਰੀ ਹੈ ਔਰ ਇਸ ਦੇ ਨਾਲ ਹੀ ਰੋਜ਼ਾਨਾ 30,000 ਤੱਕ ਟੈਸਟਿੰਗ ਕਰਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੇ ਮਾਮਲੇ ਜੋ ਲਗਾਤਾਰ ਵਧੇ ਨੇ ਤੇ ਵਿਸ਼ੇਸ਼ ਖੇਤਰਾਂ ਦੇ ਵਿੱਚ ਡਿਪਟੀ ਕਮਿਸ਼ਨਰ ਨਾਈਟ ਕਰਫਿਊ ਲਗਾ ਸਕਣਗੇ ਔਰ ਮੀਟਿੰਗ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ੀ ਮੀਡੀਆ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ। ਕੋਵਿਡ-19 ਨੂੰ ਲੈ ਕੇ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਅੱਜ ਹੋਈ ਸੀਐਮ ਪੰਜਾਬ ਨੇ ਮੀਟਿੰਗ ਜਿਹੜੀ ਲਈ ਵਰਚੁਅਲ ਮੀਟਿੰਗ ਸੀ ਪੰਜਾਬ ਦੇ ਹੈਲਥ ਮਿਨਿਸਟਰ ਬਲਬੀਰ ਸਿੱਧੂ ਵੀ ਸੀਗੇ ਨਾਲ ਹੀ ਐਕਸਪਰਟਸ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਬਲਬੀਰ ਸਿੱਧੂ ਜੀ ਕੀ ਕੁਝ ਫੈਸਲੇ ਜਿਹੜੇ ਨੇ ਲਏ ਗਏ ਨਾਲ ਹੀ ਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਨਾਈਟ ਕਰਫਿਊ ਲੱਗ ਸਕਦਾ? ਜੋ ਪਿਛਲੇ 10 ਦਿਨ ਤੋਂ ਲਗਾਤਾਰ ਕੋਵਿਡ ਦੇ ਵਿੱਚ ਵਾਧਾ ਹੋ ਰਿਹਾ ਸੀਗਾ ਕੇਸਾਂ ਦੇ ਵਿੱਚ ਉਹਨੂੰ ਦੇਖਦੇ ਹੋਏ ਸਾਡੀ ਸਰਕਾਰ ਨੇ ਬੜਾ ਸੀਰੀਅਸਲੀ ਇਹਨੂੰ ਲਿਆ ਹੈਗਾ ਅਤੇ ਸੀਐਮ ਸਾਹਿਬ ਨੇ ਅੱਜ ਜਿਹੜਾ ਬੀਸੀ ਰਿਵਿਊ ਵਾਸਤੇ ਕੀਤੀ ਸੀ ਉਹਦੇ ਵਿੱਚ ਸਾਡੇ ਐਕਸਪਰਟ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਸਾਰੇ ਚਾਹੇ ਚੀਫ ਸੈਕਟਰੀ ਹੋਵੇ ਚਾਹੇ ਡਾਕਟਰ ਤਲਵਾਰ ਹੋਣ ਡਾਕਟਰ ਰਾਜ ਬਹਾਦਰ ਮੇਰੇ ਡਿਪਾਰਟਮੈਂਟ ਦੇ ਸਾਰੇ ਸੈਕਟਰੀ ਸਾਹਿਬਾਨ ਅਤੇ ਡੀ ਜੀ ਪੀ ਪੰਜਾਬ ਵੀ ਸ਼ਾਮਿਲ ਸੀਗੇ ਅਤੇ ਕਾਫੀ ਉਹ 'ਚ ਇਨੀਸ਼ੀਏਟਿਵ ਅਸੀਂ ਲਏ ਨੇ ਕਿ ਜਿਹੜਾ ਕਿ ਤਾਂ ਕਿ ਅਸੀਂ ਕੋਵਿਡ ਤੋਂ ਆਪਣੇ ਪੰਜਾਬ ਨੂੰ ਜਿਵੇਂ ਪਹਿਲਾਂ ਬੜਾ ਅੱਛੇ ਤਰੀਕੇ ਨਾਲ ਅਸੀਂ ਨੂੰ ਹੈਂਡਲ ਕੀਤਾ ਸੀ ਉਸ ਤਰੀਕੇ ਨਾਲ ਹੈਂਡਲ ਕਰ ਸਕੀਏ ਉਹਦੇ ਲਈ ਅਸੀਂ ਕੁਛ ਜਿਹੜੀਆਂ ਗਾਈਡਲਾਈਨ ਜਿਹੜੀਆਂ ਜਾਰੀ ਕੀਤੀਆਂ ਨੇ ਜਿਹਦੇ ਵਿੱਚ ਜਿਵੇਂ ਕਿ 1 ਮਾਰਚ ਤੋਂ ਬਾਅਦ ਜਿਹੜਾ ਤੁਸੀਂ ਇਨਡੋਰ ਫੰਕਸ਼ਨ 100 ਬੰਦਾ ਅਤੇ ਆਊਟਡੋਰ ਦੇ 200 ਬੰਦਾ ਕਰ ਸਕਦੇ ਹੋ ਪਲੱਸ ਰਾਤ ਨੂੰ 11 ਵਜੇ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਦਾ ਵੀ ਐਲਾਨ ਕੀਤਾ ਗਿਆ ਅਤੇ ਪਲੱਸ ਜਿਵੇਂ ਸਕੂਲਾਂ ਦੇ ਜਿਹੜਾ ਇੱਕ ਬਕਾਇਦਾ ਨੋਡਲ ਟੀਚਰ ਅਪੁਆਇੰਟ ਕੀਤਾ ਜਾਏਗਾ ਐਜ ਏ ਨੋਡਲ ਅਫਸਰ ਜਿਹੜਾ ਕਿ ਬੱਚਿਆਂ ਨੂੰ ਮਾਸਕ ਪਲੱਸ ਸੈਨੀਟਾਈਜ਼ਰ ਦਾ ਪਲੱਸ ਜਿਹੜੇ ਹੋਰ ਸੋਸ਼ਲ ਡਿਸਟੈਂਸ ਬਾਰੇ ਦੱਸੇਗਾ ਅਤੇ ਪਲੱਸ ਇਹ ਗੱਲ ਸਾਰੀ ਚੈੱਕ ਕਰੇਗਾ। ਤੁਸੀਂ ਨਾਈਟ ਕਰਫਿਊ ਸਾਰੀ ਕਿਤੇ ਲਗਾਇਆ ਜਾ ਰਿਹਾ ਹੈ ਜਾਂ ਫਿਰ ਡੀਸੀਸ ਨੂੰ ਅਥਾਰਟੀ ਦਿੱਤੀ ਜਾਏਗੀ? ਡੀਸੀ ਜੀ ਨੂੰ ਬਕਾਇਦਾ ਇਹ ਇੰਸਟਰਕਸ਼ਨ ਦਿੱਤੀਆਂ ਗਈਆਂ ਨੇ ਕਿ ਉਹ ਮੋਨੀਟਰਿੰਗ ਕਰਨਗੇ ਸਾਰੇ ਦੀ ਜਿਸ ਤਰ੍ਹਾਂ ਸਾਡੇ ਕੁਛ 4-5 ਜਿਹੜੇ ਵੱਡੇ ਸ਼ਹਿਰ ਨੇ ਉੱਥੇ ਜਿਵੇਂ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਹੋ ਗਿਆ ਮੋਹਾਲੀ ਹੋ ਗਿਆ ਜਿੱਥੇ ਜ਼ਿਆਦਾ ਹੌਟਸਪੌਟ ਹੈਗਾ ਉੱਥੇ ਜ਼ਿਆਦਾ ਥੋੜ੍ਹਾ ਉਹਨੂੰ ਸੀਰੀਅਸਲੀ ਲੈਣਗੇ। ਇਸ ਮੀਟਿੰਗ ਦੇ ਵਿੱਚ ਐਕਸਪਰਟਸ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਹੁਣ ਅਸੀਂ ਡਾਟਾ ਦੇਖ ਰਹੇ ਹਾਂ ਤਾਂ 4% ਹਾਈਕ ਆ ਸਕਦਾ ਹੈ 800 ਤੱਕ ਕੇਸਿਸ ਜਿਹੜੇ ਨੇ ਉਹ ਪਰ ਡੇ ਪਹੁੰਚ ਸਕਦੇ ਨੇ। ਬਿਲਕੁਲ ਇਹ ਗੱਲ ਹੋ ਸਕਦੀ ਹੈ ਇਹ ਪੋਸੀਬਲ ਹੈ ਕਿਉਂਕਿ ਪਹਿਲਾਂ 200-150 ਤੇ ਆ ਗਿਆ ਸੀਗਾ ਅਤੇ ਕੱਲ੍ਹ 400 ਦੇ ਕਰੀਬ ਪਹੁੰਚ ਗਿਆ ਅੱਜ ਵੀ ਮੇਰੇ ਖਿਆਲ 'ਚ 300 ਦੇ ਕਰੀਬ ਪਹੁੰਚਿਆ ਹੋਇਆ ਹੈਗਾ ਅਤੇ ਕੱਲ੍ਹ ਮੌਤਾਂ ਵੀ 15 ਹੋਈਆਂ ਨੇ ਬੜਾ ਕੱਲ੍ਹ ਮੈਂ ਕਹਿੰਦਾ ਸਾਡੇ ਵਾਸਤੇ ਮਾੜਾ ਦਿਨ ਸੀਗੇ ਸਾਡੇ 15 ਮੌਤਾਂ ਇੱਕ ਦਿਨ 'ਚ ਹੋਈਆਂ ਕੋਵਿਡ ਦੇ ਨਾਲ ਅਤੇ ਅਸੀਂ ਜੇਕਰ ਲੋਕਾਂ ਨੂੰ ਅਵੇਅਰਨੈਸ ਲੋਕਾਂ 'ਚ ਨਹੀਂ ਆਏਗੀ ਤਾਂ ਅਸੀਂ ਆਪਣੇ ਆਪ ਨੂੰ ਬਚਾ ਨਹੀਂ ਪਾਵਾਂਗੇ ਔਰ ਅਸੀਂ ਉਦੋਂ ਪਹਿਲਾਂ ਹੀ ਆਪਣਾ ਸਾਰਾ ਜਿਹੜਾ ਕੰਮ ਕਵਰ ਕਰਨਾ ਹੈਗਾ।